ਹਾਲ ਚਾਲ ਹੈ ਜੀ ਸਾਰਿਆਂ ਦਾ। ਅੱਜ ਲਾਉਣੇ ਜੀ ਡਾਈ ਜਿਹੜਾ ਆਪਾਂ ਲੈ ਕੇ ਆਏ ਜੀ ਉੱਧਰ ਟਰਾਲੀ 'ਚ, ਅਤੇ ਅੱਧਾ ਕੁ ਲਾਹਤਾ ਆਪਾਂ, ਅਤੇ ਬਾਕੀ ਲਾਉਣਾ ਇਹ ਪਿੰਡ। ਪਿੰਡ ਜਾ ਕੇ ਲਾਉਂਦੇ ਹਾਂ ਡਾਈ, ਅਤੇ ਅੱਜ ਵੀ ਮੋਟਰ 'ਤੇ ਲਾ ਹੋਇਆ ਮੁਲਾਜ਼ਮ ਵੱਟਾਂ ਵੱਟਾਂ ਸਾਫ਼ ਕਰਨ, ਅਤੇ ਨਾਲੇ ਉਹ ਕਰਵਾਉਂਦੇ ਹਾਂ, ਅਤੇ ਉਹਦੀ ਚਾਹ ਰੋਟੀ ਲੈ ਕੇ ਚੱਲਦੇ ਹਾਂ ਨਾਲੇ ਨਾਲੇ ਡਾਈ ਲਹਾ ਦਈਏ। ਵੀਡੀਓ ਨਾਲ ਬਣੇ ਰਹੋ ਅਤੇ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ। ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੂੰਆਂ ਦੇਖੋ ਮਿੱਲਾਂ ਦਾ ਕਿੱਦਾਂ ਗਿਰਦਾ ਸੜਕ 'ਤੇ ਨੂੰ ਆ ਕੇ, ਧੁੰਦ ਬਣਾਈ ਪਈ ਆ। ਲਾਗੇ ਹੀ ਲਹਾਉਣ ਡਾਈ 65 ਥੈਲੇ ਨੇ ਲਾ ਦੇਣੇ ਨੇ ਆਪਾਂ, ਲੱਗੇ ਹੋਏ ਨੇ ਬੰਦੇ ਲਾਉਣ 4 ਜਾਣੇ। ਅਤੇ ਜਿਹੜਾ ਪਹਿਲਾਂ ਭਰੀ ਹੋਈ ਸੀ ਟਰਾਲੀ ਉਹ ਹੋਰ ਪਾਸੇ ਲੱਗ ਗਏ ਹਾਂ ਕੁਛ ਥੈਲੇ, ਅਤੇ ਬਾਕੀ ਸਾਰਾ ਹੀ ਉਰੇ ਲਾ ਦੇਣਾ ਆਪਾਂ। ਉਹ ਸਾਹਮਣੇ ਰੱਖ ਰਹੇ ਨੇ ਅਤੇ ਉੱਪਰ ਦੇ ਦਾਂਗੇ ਤਰਪਾਲ। ਹਲੇ ਮਹੀਨੇ ਤੱਕ ਲੋੜ ਪੈਣੀ ਆ ਆਪਾਂ ਡਾਈ ਦੀ, ਅਤੇ ਜੰਮ ਜੁੰਮ ਨਾ ਜਾਵੇ ਅਤੇ ਸਲਾਬਾ ਵੀ ਨਾ ਹੋ ਜਾਵੇ। ਤਰਪਾਲ ਨਾਲ ਚੰਗੀ ਤਰ੍ਹਾਂ ਢੱਕ ਦਾਂਗੇ। ਲਓ ਜੀ ਖੰਨਿਆ ਹੋਇਆ ਸੀ, ਮੀਂਹ ਪੈਣ ਲੱਗ ਗਿਆ, ਮੈਨੂੰ ਤਾਂ ਬਾਰਿਸ਼ ਲੱਗਦੀ ਹੈ। ਦੇਖੋ ਬਹੁਤ ਜ਼ਿਆਦਾ ਮੀਂਹ ਪੈ ਰਿਹਾ, ਧਰਤੀ ਸੁੱਕੀ ਪਈ ਹੈ। ਖੰਨਿਆ ਹੋਇਆ ਸੀ ਆਪਾਂ ਦਵਾਈ ਲੈਣ ਗੁੰਡੇ ਦੀ ਜੀਰੀ ਵਾਸਤੇ, ਅਤੇ ਘਰੇ ਜਾ ਕੇ ਦਿਖਾਉਣਾ ਵੀ ਕਿਹੜੀ ਸਪਰੇਅ ਕਰਨੀ ਆਪਾਂ ਪਹਿਲਾਂ। ਟਰੈਕਟਰ ਬ੍ਰੈਂਡ ਲਿਓ ਕਿ ਸਭ ਤੋਂ ਵਧੀਆ ਤੇ ਸਸਤਾ ਪੈਂਦਾ ਹੈਗਾ। ਕੀ ਪਾਇਆ ਨਾਲ ਸਪਰੇਅ ਦੇ, ਸਾਰਾ ਜਾ ਕੇ ਦਿਖਾਵਾਂਗੇ। ਟਰੈਕਟਰ ਬ੍ਰੈਂਡ ਨਾਲ ਹੁਣ ਜੁੜੇ ਹਾਂ, ਇਹਨਾਂ ਦੇ ਹੀ ਸਾਰਾ ਵਰਤਦੇ ਹਾਂ, ਦਵਾਈਆਂ ਦਵੂਈਆਂ ਜਿੰਨੇ ਵੀ ਇਹਦੇ ਪ੍ਰੋਟੈਕਟ ਆਉਂਦੇ ਨੇ ਸਾਰੀ ਗੱਲ। ਮੀਂਹ ਪੈ ਰਿਹਾ ਵਧੀਆ ਪੂਰਾ, ਪਿੰਡ ਜਾ ਕੇ ਦੇਖਦੇ ਹਾਂ ਵੀ ਪੈਂਦਾ। ਅਤੇ ਹਲੇ ਸੜਕ ਜੀ ਗਿੱਲੀ ਕਰੀਏ, ਇੰਨਾ ਬਾਹਲਾ ਜ਼ਿਆਦਾ ਨਹੀਂ ਪਿਆ, ਗੱਡੀ ਨਹੀਂ ਸੁੱਟਦੀ, ਮਾਲ ਥੋੜ੍ਹੀ ਭਰਦੀ। 15 ਅਗਸਤ ਵਾਲੇ ਦਿਨ ਟਰੈਕਟਰ ਮਾਰਚ ਕੱਢ ਰਹੇ ਹਾਂ ਜੀ, ਪਿੰਡੋਂ ਹੈਗੇ ਨੇ 15-18 ਟਰੈਕਟਰ, ਅਤੇ ਅਮਲੋਹ ਤੱਕ ਜਾਣਾ ਹੈ। ਬਾਕੀ ਦੇਖੋ ਇੱਧਰ ਕਿੱਧਰ ਨੂੰ ਕੱਢਾਂਗੇ, ਟਰੈਕਟਰ ਮਾਰਚ ਅਤੇ ਜਾ ਰਹੇ ਨੇ ਟਰੈਕਟਰ। ਟਰੈਕਟਰ ਕਾਫੀ ਆ ਰਹੇ ਨੇ ਹੋਰ ਪਿੰਡਾਂ ਤੋਂ ਵੀ, ਤੁਹਾਨੂੰ ਸਾਰਾ ਦਿਖਾਉਂਦੇ ਆ ਪ੍ਰੋਗਰਾਮ ਕੀ ਆ।
ਤੇਲ ਪਵਾ ਰਹੇ ਨੇ ਦੇਖੋ ਟਰੈਕਟਰ ਟਰੈਕਟਰ ਖੜਾ ਕਾਫੀ ਪਿੰਡਾਂ ਤੋਂ ਲੈ ਕੇ ਆਏ ਹੋਏ ਨੇ ਦੇਖੋ ਲਾਈਨਾਂ 'ਚ ਟਰੈਕਟਰ ਟਰੈਕਟਰ ਖੜਾ ਏ ਅਤੇ ਆਪਣੇ ਟਰੈਕਟਰ ਜਾਂਦੇ ਨੇ ਆਹ ਲਾਈਨ 'ਚ ਦੇਖਦੇ ਹਾਂ ਕੀ ਪ੍ਰੋਗਰਾਮ ਆ ਉਰੇ ਕੀ ਗੱਲਬਾਤ ਆ ਯੂਨੀਅਨ ਦੇ ਪ੍ਰਧਾਨ ਆਏ ਹੋਏ ਨੇ ਮੈਨੂੰ ਲੱਗਦਾ ਦਿੰਦੇ ਹੋਣਗੇ ਸਪੀਚ ਸਪੂਚ ਸਵੇਰੇ ਮੀਂਹ ਵੀ ਕਾਫੀ ਪੈ ਗਿਆ ਦੇਖੋ ਮੰਡੀ 'ਚ ਪਾਣੀ ਖੜਾ ਏ ਡੇਢ ਦੋ ਘੰਟੇ ਪਿਆ ਏ ਅਤੇ ਉੱਧਰਲੇ ਪਾਸੇ ਵੀ ਟਰੈਕਟਰ ਆ ਰਹੇ ਨੇ ਹਲੇ ਦੇਖੋ ਅਸਲ ਟਰੈਕਟਰ ਮਾਰਚ ਹੁਣ ਨਿਕਲਣਾ ਸਾਰੇ ਲਾਈਨ ਚ ਲਾਉਣ ਲੱਗ ਗਏ ਤੇ ਕੋਈ ਹੁੱਲੜਬਾਜ਼ੀ ਨਹੀਂ ਕਰਨੀ ਕਹਿੰਦੇ ਕਿ ਅੱਗੇ ਪਿੱਛੇ ਟਰੈਕਟਰ ਭਜਾਉਣੇ ਨਹੀਂ ਤੇ ਬਹੁਤ ਜ਼ਿਆਦਾ ਟਰੈਕਟਰ ਆਇਆ ਹੋਇਆ ਅਤੇ ਆਪਾਂ ਵੀ ਫਿਰ ਲਾਉਂਦੇ ਹਾਂ ਲਾਈਨ 'ਚ ਲੱਗ ਜਾਣ ਸਾਰੇ ਟਰੈਕਟਰ ਹਰ ਤਰ੍ਹਾਂ ਦਾ ਟਰੈਕਟਰ ਆਇਆ ਹਰ ਤਰ੍ਹਾਂ ਦਾ ਦੇਖੋ ਝੰਡੇ ਝੰਡੇ ਦਿੰਦੇ ਨੇ ਦਾਣਾ ਮੰਡੀ ਉਹ ਤੁਰ ਪਏ ਦੀ ਜੀ ਕਣੀਆਂ ਜੀ ਉੱਤਰ ਗਈਆਂ ਮਾੜੀਆਂ ਮਾੜੀਆਂ ਦੇਖੋ ਬਾਕੀ ਦੇਖੋ ਜ਼ਿਆਦਾ ਮੀਂਹ ਨਾ ਪੈਣ ਲੱਗ ਜਾਵੇ ਬਾਕੀ ਜੇ ਪੈ ਵੀ ਜਾਊਗਾ ਕੋਈ ਨੁਕਸਾਨ ਨਹੀਂ ਫਾਇਦਾ ਜੀ ਔਰ ਏਰੀਆ ਨੂੰ ਬਹੁਤ ਜ਼ਿਆਦਾ ਟਰੈਕਟਰ ਨੇ ਘੱਟੋ ਘੱਟ 5 ਕਿਲੋਮੀਟਰ ਦੀ ਲਾਈਨ ਲੱਗੀ ਹੋਊ ਲੰਬੀ ਇੰਨਾ ਟਰੈਕਟਰ ਆ ਸਭ ਕਹਿੰਦੇ ਆ ਪੰਜਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹੁਣ ਇੱਧਰ ਜਾ ਰਹੇ ਨੇ ਬਾਜ਼ਾਰ ਦੇ ਵਿੱਚ ਜੇ ਲੱਗੇ ਜੀ ਪਿੰਡ ਵਾਲੀ ਮੋਟਰ ਤੇ ਟੋਟਾ ਪਾਉਣ ਦੋ ਮੋਟਰਾਂ ਦਾ ਪੈਣੇ ਵਾਲਾ ਏ ਤੇ ਆਹ ਕਰ ਲਈ ਤਿੰਨ ਟੰਗੀ ਜੀ ਖੜੀ ਅਤੇ ਫੋਰਮੈਨ ਕੱਸ ਰਹੇ ਆ ਉੱਧਰ
ਮਸ਼ੀਨ ਜਿਹਦਾ ਸਾਰਾ ਹੀ ਕੰਮ ਇਹਦਾ ਹੀ ਆ, ਮਸ਼ੀਨ ਜਿਹਦਾ। ਅਤੇ ਬਾਕੀ ਜੀਰੀ ਦੇਖੋ ਖੜ੍ਹੀ, ਉਹ ਸਿਰੇ ਤੱਕ ਆਪਣੀ ਪਲਾਟ ਖੜ੍ਹਾ, ਉਹ ਜਿੱਥੇ ਸੁੱਕੀ ਜੀ ਟਾਹਲੀ ਖੜ੍ਹੀ ਆ ਮੜੀਆਂ 'ਚ, ਉੱਥੇ ਤੱਕ ਆਪਣੀ ਉਹ ਜੀਰੀ ਆ। ਅਤੇ ਇੱਧਰੋਂ ਆਹ ਸਾਰਾ ਪਲਾਟ ਆ, ਅਤੇ ਬਾਕੀ ਆਹ ਆ ਗਿਆ ਪਲਾਟ ਇੱਕ ਜਿਹੜੀ ਆ ਹਰੀ ਹਰੀ ਦਿੰਦੀ ਆ ਜੀਰੀ ਸਾਰੀ, ਉਹ ਬਹੁਤ ਜ਼ਿਆਦਾ ਕੱਖ ਤੀ ਉਰੇ ਬੂਟੀ, ਉਹ ਬੂਟੀ ਖੜ੍ਹੀ ਤੀ। ਚਲੋ ਪਹਿਲੇ ਸਾਲ ਕਰਕੇ ਜ਼ਮੀਨ ਚੱਲਦੀ ਹੋ ਜੂਗੀ, ਫਿਰ ਕੋਈ ਦਿੱਕਤ ਨਹੀਂ, ਪਾਣੀ ਵਾਧੂ ਆ, ਮੋਟਰਾਂ ਹੈਗੀਆਂ ਨੇ ਚਾਰ ਪੰਜ। ਬਾਕੀ ਆ ਸਵਾ 77 ਪਤਾ ਨਹੀਂ ਕਿਹੜੀ ਹੈ ਜਿਹਦੀ, ਸਵਾ 75 ਇੱਦਾਂ ਦੀ ਆ ਕੋਈ, ਜੱਸੂ ਨੂੰ ਪਤਾ ਇਹਦਾ ਨਾਂ, ਗੁਲਾਬੀ ਜੜ ਆ ਇਹਦੀ, ਉਹ ਜੀਰੀ ਆ। ਅਤੇ ਆ ਲੈਣ ਆਹੀ ਜੀਰੀ ਲਾਈ ਹੋਈ ਆ, ਬਾਕੀ ਸਾਰੀ 26 ਉਹ ਆ। ਅਤੇ ਆ ਨਾਲ ਫੈਕਟਰੀ ਆ ਬਿਹਾਰੀ ਲਾਲ, ਕੁਲਫੀ ਬਣਦੀ ਆ ਉਰੇ। ਅਤੇ ਇੱਕੋ ਤੂੰ ਤਾਂ ਆ ਗਿਰ ਗਿਆ ਨਾਲ ਕੰਧ 'ਤੇ ਖੜ੍ਹਾ ਸੀ, ਉਹ ਵੀ ਕੱਢਣਾ ਪਊਗਾ ਵੱਢ ਕੇ, ਕੰਮ ਕੋਈ ਨਾ ਕੋਈ ਛੜਿਆ ਹੀ ਰਹਿੰਦਾ ਏ, ਜਨ ਨੂੰ ਮਾੜਾ ਵਿਹਲੇ ਹੋਣ ਲੱਗਦੇ ਆ, ਹੈ ਨਾ ਫੋਰਮੈਨ? ਕੱਦੂਆ ਰੋਟਾ ਕਿਹੜੀ ਮੋਟਰ 'ਚ ਪਾਉਣਾ? ਉਹ ਸਾਹਮਣੇ ਵਾਲੀ 'ਚ ਕੱਲੂ, ਹਾਂ ਕੱਲੂ ਪਾਵਾਂਗੇ ਸਵੇਰੇ। ਬਿਹਾਰੀ ਲਾਲ ਐਂਡ ਸੰਸ ਰਸਾ ਪਾਓ ਜੀ, ਇਹ ਵੀ ਪਾਉਣਾ ਪੈਂਦਾ ਜੀ, ਹੋਰ ਪਾ ਕੇ ਆਓ ਜੀ ਉੱਪਰ, ਉਹ ਚੜੋ ਜੀ ਪੌੜੀ,